ਮੁਰਸ਼ਦ ਚੁੰਬਕ ਤੇ ਮੈਂ ਹਾਂ, ਲੋਹਾ ਉਸ ਵੱਲ ਖਿੱਚਦਾ। ਉਹ ਤੈਨੂੰ ਛੱਡ ਕੇ ਦੱਸ ਇਹ ਮੁਰਸ਼ਦ ਕਿਉਂ ਕੂੜ ਚ ਜਨਮ? ਕਹਿੰਦੇ ਕਿਉਂ ਮੈਂ ਆਪਣਾ ਜਨਮ ਇੰਨਾ ਕੀਮਤੀ ਜੀਵਨ ਕੂੜੇ ਚ ਕਿਉਂ ਗੁਆਵਾਂ? ਔਰ ਇਹ ਗੱਲ ਸੱਚੀ ਵੀ ਹੈ, ਪਰ ਇੱਥੇ ਫਿਰ ਕਹਾਂਗੇ ਮੁਰਸ਼ਦ ਵੀ ਆ ਸੋਚ ਸਮਝ ਕੇ ਚੁਣਿਓ। ਕਾਰਨ ਕੀ ਹੈ? ਆ ਕੁਛ ਦਿਨ ਪਹਿਲਾਂ ਨਾ ਇੱਕ ਜੀਵ ਆਇਆ, ਆਪਣੇ ਮੋਬਾਈਲ 'ਤੇ ਵੀਡੀਓ ਦਿਖਾ ਰਿਹਾ ਸੀ, ਵੀਡੀਓ ਛੋਟੇ ਜਿਹੇ ਬੱਚੇ ਦੀ ਵੀਡੀਓ ਦਿਖਾ ਰਿਹਾ ਸੀ ਕਿ ਮਾਲਕ ਵਾ ਦੇਖੋ ਬੱਚਾ। ਉਹ ਬੱਚਾ ਕੀ ਕਰ ਰਿਹਾ ਹੈ? ਉਹਨੇ ਕਾਲੀ ਚੁੰਨੀ ਲਈ, ਆਪਣੀ ਮੰਮੀ ਦੀ ਬੁੱਕਲ ਮਾਰੀ ਹੋਈ ਹੈ ਸਾਡੇ ਵਾਂਗੂ ਲੋਹੀ ਦੀ, ਔਰ ਹੱਥ 'ਚ ਇੱਕ ਡੰਡਾ ਜਿਹਾ ਫੜਿਆ ਹੋਇਆ ਹੈ ਨਾ, ਔਰ ਲੈ ਕੇ ਇੱਦਾਂ ਤੁਰ ਰਿਹਾ ਐਂ ਕਰਦਾ। ਫਿਰ ਬਾਅਦ 'ਚੋਂ ਜਾ ਕੇ ਬਹਿ ਗਿਆ, ਸਾਨੂੰ ਦਿਖਾ ਰਹੇ ਉਹ, ਜਾ ਜੋ ਬਹਿ ਗਿਆ ਇੱਦਾਂ ਡੰਡਾ ਰੱਖ ਕੇ, ਫਿਰ ਐਂ ਕਰ ਰਿਹਾ। ਫਿਰ ਕਹਿੰਦਾ ਸ਼ੁਰੂ ਕਰਦੇ ਹੋ ਮਾਲਕ ਦਾ ਨਾਂ ਲੈ ਕੇ। ਸਾਨੂੰ ਬੜਾ ਹੋਇਆ, ਕਹਿੰਦੇ ਮਾਲਕ ਤੁਹਾਡੀ ਐਕਟਿੰਗ ਕਰਨੀ ਲੱਗ, ਯਾਨੀ ਇਹ ਤੁਹਾਡੇ ਵਾਂਗੂ ਨਾ ਸਾਰਾ ਦਿਨ ਕਰਦਾ ਇਹ, ਨਿੱਕਾ ਜਿਹਾ ਬੱਚਾ, ਸ਼ਾਇਦ ਉਹਦੀ ਉਮਰ 3 ਜਾਂ 4 ਸਾਲ ਦੀ ਹੋਏਗੀ, ਸਮਝਦੇ ਹੋ ਕਿ ਨਹੀਂ? ਆ ਦੇਖੀ ਸੇਵਾਦਾਰਾਂ ਨੇ ਵੀ, ਸਵੇਰੇ ਸਵੇਰੇ ਉਹ ਆਇਆ ਸੀ, ਦਿਖਾ ਰਿਹਾ ਸੀ ਵੀਡੀਓ। ਇੱਦਾਂ ਦੇ ਕਈ ਬੱਚੇ ਦੇਖੇ ਅਸੀਂ ਜਿਹੜੇ ਇਹ ਵੀਡੀਓ ਯਾਨੀ ਇੱਦਾਂ ਦਿਖਾਉਂਦੇ ਕਿ ਮਾਲਕੋ ਦੇਖੋ ਉਹ ਤੁਹਾਡੇ ਵਾਂਗੂ ਪਿਆਰ ਦਿੰਦੇ, ਔਰ ਕਹਿੰਦੇ ਆ ਮੈਂ ਵੀ ਮਾਲਕ ਹਾਂ, ਮੈਂ ਮਾਲਕ ਹਾਂ। ਹੁਣ ਅਸੀਂ ਕਹਿੰਦੇ ਅੱਛੀ ਗੱਲ ਹੈ, ਮੁਰਸ਼ਦ ਹੋਵੇ ਉਹ ਜੋ ਸਾਡੇ ਅੰਦਰ ਸਦਗੁਣ ਭਰ ਦੇਵੇ। ਹੁਣ ਜ਼ਰਾ ਸੋਚੋ, ਅਸੀਂ ਕੰਬਲੀ ਲੈਂਦੇ ਹਾਂ, ਬੱਚਾ ਕੰਬਲੀ ਲੈ ਰਿਹਾ, ਤਾਂ ਜੇ ਅਸੀਂ ਸਿਗਰਟ ਲਾ ਕੇ ਬੈਠੇ ਹੋਈਏ ਫਿਰ ਬੱਚੇ ਨੇ ਕੀ ਕਰਨਾ? ਜੇ 4-4 ਲਾਈਆਂ ਹੁਣ ਫਿਰ ਬੱਚੇ ਨੇ ਕੀ ਕਰਨਾ? ਤਾਂ ਅਸੀਂ ਹੁਣ ਕਹਿਣ ਦਾ ਮਤਲਬ ਦੱਸਣਾ ਕਿ ਜਦੋਂ ਐਸੇ ਫਕੀਰਾਂ ਨਾਲ, ਮੁਰਸ਼ਦ ਨਾਲ ਜੁੜੋ ਜਿਹੜਾ ਆਪ ਵੀ ਨਸ਼ਿਆਂ ਤੋਂ ਬਚਿਆ ਹੈ, ਆਪ ਵੀ ਸਹੀ ਰਸਤੇ ਚੱਲ ਰਿਹਾ, ਤਾਂ ਸਾਨੂੰ ਵੀ ਸਹੀ ਰਸਤੇ ਲੈ ਜਾਵੇ। ਤਾਂ ਜਿਹੜਾ ਆਪ ਹੀ ਸਿਗਰਟਾਂ ਲਾ ਕੇ ਬੈਠਾ ਹੈ, ਉਹ ਸੁਲਫੇ ਲੈ ਕੇ ਬੈਠਾ ਹੈ, ਉਹਨਾਂ ਸਾਨੂੰ ਜਾਂ ਸਾਡੇ ਬੱਚਿਆਂ ਨੂੰ ਸ਼ਿਕਸ਼ਾ ਕੀ ਦੇਣੀ ਹੈ? ਜਵਾਬ ਦੇਣਾ ਹੁੰਦਾ ਕਿ ਨਹੀਂ? ਇੱਦਾਂ ਹੁਣ ਜੇ ਅਸੀਂ ਸਿਗਰਟ ਲਾਵਾਂਗੇ, ਹਾਲਾਂਕਿ ਅਸੀਂ ਪੀਂਦੇ ਨਹੀਂ ਹਾਂ, 10 ਦੀ ਪਹਿਲੀ ਕਲੀਅਰ ਕਰ ਰਹੇ, ਉਦਾਹਰਣ ਦੇ ਰਹੇ ਹਾਂ। ਜੇ ਅਗਰ ਲਾ ਕੇ ਬੈਠੇ, ਬੱਚਿਆਂ ਨੇ ਕੀ ਸਿੱਖਣਾ ਹੈ? ਲਿਆ ਦਿਓ ਸਿਗਰਟ ਮੈਨੂੰ ਵੀ, ਮੈਂ ਵੀ ਮਾਲਕਾਂ ਵਾਂਗੂ ਬਣਨਾ। ਉਹ ਹਾਲੇ 4 ਸਾਲ ਦਾ ਤਾਂ ਹੱਥੀ ਲਾ ਕੇ ਬੈਠਾ ਹੋਵੇ, ਪਰ ਅਸੀਂ ਕਿਹਨਾਂ ਨੂੰ ਕਹਿੰਦੇ? ਲੈ ਵੀ ਇਹ ਤਾਂ ਫਕੀਰ ਆ ਪਹੁੰਚੇ ਹੋਏ, ਕਿਉਂਕਿ ਸਿਗਰਟਾਂ ਹੀ 10-10 ਪੀਂਦੇ ਆ ਇਕੱਠੀਆਂ। ਉਹ ਜਿੰਨੀਆਂ ਸਿਗਰਟਾਂ ਕੀ ਫਕੀਰਾਂ ਦੀ ਪਹੁੰਚ ਸਿਗਰਟ ਨਾ ਹੁੰਦੀ ਹੈ, ਫਕੀਰਾਂ ਦੀ ਪਹੁੰਚ ਨਸ਼ਿਆਂ ਨਾਲ ਹੁੰਦੀ ਹੈ? ਨਹੀਂ, ਫਕੀਰਾਂ ਦੀ ਪਹੁੰਚ ਪਤਾ ਕਾਹਦੇ ਨਾਲ ਹੁੰਦੀ ਹੈ? ਆਹ એનર્ਜੀ ਨਾਲ ਹੁੰਦੀ ਆ, ਗਿਆਨ ਨਾਲ ਹੁੰਦੀ ਆ, ਸ਼ਕਤੀ ਨਾਲ ਹੁੰਦੀ ਹੈ, ਸਮਝਦੇ ਹੋ? ਹਰ ਰੋਜ਼ ਬਿਹਤਰ ਹੋਣ ਨਾਲ ਹੁੰਦੀ ਹੈ। ਇਸ ਲਈ ਮੁਰਸ਼ਦ ਵੀ ਚੁਣੋ, ਗੁਰੂ ਵੀ ਚੁਣੋ, ਤਾਂ ਉਹ ਚੁਣੋ, ਉਹਦੇ ਵੱਲ ਖਿੱਚਦੇ ਜਾਓ। ਇਹ ਨਹੀਂ ਕਿ ਉਹ ਮੁਰਸ਼ਦ ਬੈਠਾ ਭੰਗ ਪੀ ਰਿਹਾ ਤਾਂ ਅਸੀਂ ਵੀ ਖਿੱਚਦੇ ਜਾ ਰਹੇ, ਅਸੀਂ ਵੀ ਨਹੀਂ ਪੀਂਦੇ, ਅਸੀਂ ਪੀਣੀ ਸ਼ੁਰੂ ਕਰ ਦਿੱਤੀ। ਭਾਈ ਚੰਗੀ ਸ਼ਿਕਸ਼ਾ ਮਿਲ ਰਹੀ ਹੈ ਤੁਹਾਨੂੰ, ਇਹਦੇ ਨਾਲ ਜ਼ਿੰਦਗੀ ਬਣਨੀ ਨਹੀਂ, ਇਹਨਾਂ ਜ਼ਿੰਦਗੀ। ਬੜੀ ਹੈਰਾਨੀ ਹੁੰਦੀ ਹੈ ਕਿ ਅੱਜ ਕੱਲ੍ਹ ਕਿਸ ਰਸਤੇ ਲੈ ਗਏ ਫਕੀਰੀ ਨੂੰ। ਹਾਲਾਂਕਿ ਜਿਹਨਾਂ ਦੀ ਤਸਵੀਰਾਂ ਲਾ ਕੇ ਬੈਠੇ ਹੁੰਦੇ ਨਾ ਕਿ 11ਵੀਂ ਵਾਲੀ ਸਰਕਾਰ ਜਾਂ ਲੱਖਾਂ ਦੇ ਦਾਤੇ, ਕਦੀ ਦੇਖਿਆ ਉਹਨਾਂ ਦੇ ਹੱਥ 'ਚ ਤੁਸੀਂ ਕਿ ਉਹ ਬੈਠੇ ਹੁੱਕਾ ਪੀ ਰਹੇ, ਸਿਗਰਟ ਪੀ ਰਹੇ, ਕੀ ਕਰ ਰਹੇ ਹੋ? ਫਿਰ ਉਹਨਾਂ ਦੇ ਅੱਗੇ ਬੈਠ ਕੇ ਕੀ ਕਰ ਰਹੇ? ਇਸ ਲਈ ਬਚੋ, ਫਿਰ ਕਹਾਂਗੇ, ਅੱਜ ਹੋਸ਼ ਵਿੱਚ ਆਉਣ ਦੀ ਜ਼ਰੂਰਤ ਹੈ, ਨਸ਼ਿਆਂ ਤਿਆਗ ਕਰਨ ਦੀ, ਨਸ਼ਿਆਂ ਤੋਂ ਬਚਣ ਦੀ। ਅਸੀਂ ਕਿਸੇ ਨਿੰਦਿਆ ਨਹੀਂ ਕਰ ਰਹੇ, ਬਸ ਤੁਹਾਨੂੰ ਸਹੀ ਸਿੱਖਿਆ ਦੇ ਰਹੇ ਹਾਂ, ਕਿਉਂਕਿ ਜੋ ਸੱਚ ਹੈ ਉਹ ਗੱਲ ਸੱਚ ਹੈ। ਇਸ ਲਈ ਫਕੀਰ ਵੀ ਉਹ, ਮੁਰਸ਼ਦ ਵੀ ਉਹ ਹੋਵੇ ਜਿਹੜਾ ਆਪ ਵੀ ਉਹਦੇ ਰੰਗ 'ਚ ਰੰਗਿਆ ਹੋਵੇ, ਤਾਂ ਸਾਨੂੰ ਵੀ ਉਹਦੇ ਰੰਗ 'ਚ ਰੰਗ ਦੇਵੇ, ਸਮਝਦੇ ਹੋ? ਇਸ ਲਈ ਇੱਥੇ ਇਹੀ ਗੱਲ ਮੁਈਨ ਕਹਿੰਦੇ ਆ, ਮੁਰਸ਼ਦ ਚੁੰਬਕ ਤੇ ਮੈਂ ਹਾਂ, ਲੋਹਾ ਉਸ ਵੱਲ ਖਿੱਚਦਾ। ਇਹ ਗੁਣੇ ਹੀ ਹੁੰਦੇ ਜਿਹੜੇ ਖਿੱਚਦੇ ਆ ਸਾਨੂੰ, ਸਮਝਦੇ ਹੋ ਕਿ ਨਹੀਂ? ਤੈਨੂੰ ਛੱਡ ਕੇ ਦੱਸ ਇਹ ਮੁਰਸ਼ਦ ਕਿਉਂ ਕੂੜ 'ਚ ਜਨਮ? ਹੁਣ ਤੈਨੂੰ ਛੱਡ ਕੇ, ਤੈਨੂੰ ਭੁੱਲ ਕੇ ਮੈਂ ਆਪਣਾ ਜਨਮ ਕੂੜੇ 'ਚ ਕਿਉਂ ਗੁਆਵਾਂ? ਕੂੜਾ ਯਾਨੀ ਵਿਅਰਥ, ਬੁਰੀ ਬੁਰਾਈ ਦੇ ਰਸਤੇ ਚੱਲ ਕੇ, ਬੁਰੇ ਮਾਰਗ 'ਤੇ ਚੱਲ ਕੇ ਇਹ ਮੁਰਸ਼ਦ ਤੇ ਤੋਂ ਦੂਰ ਹੋ ਕੇ, ਕਿਉਂਕਿ ਮੁਰਸ਼ਦ ਨੇ ਕਿਹਾ ਮੋਇਨੂ ਦੀ ਨਾਲ ਹੀ ਰਹਿੰਦਾ, ਕੀ ਗੱਲ? ਉਹ ਕਹਿੰਦੇ ਹੁਣ ਤੇ ਤੋਂ ਦੂਰ ਜਾ ਕੇ ਆਪਣਾ ਜਨਮ ਕੂੜ 'ਚ ਕਿਉਂ ਗੁਆਵਾਂ? ਜੇ ਨਾਲ ਰਹਿ ਕੇ ਮੈਨੂੰ ਉਹ ਮਿਲ ਰਿਹਾ ਹੈ ਜੋ ਮੈਨੂੰ ਮੇਰੇ ਮੰਜ਼ਿਲ ਤੱਕ ਲੈ ਕੇ ਜਾਏਗਾ, ਤਾਂ ਫਿਰ ਮੈਂ ਦੂਰ ਹੋ ਕੇ ਆਪਣਾ ਜੀਵਨ ਗੁਆਵਾਂ ਕਿਉਂ, ਵਿਅਰਥ ਕਿਉਂ ਗੁਆਵਾਂ? ਸਮਝਦੇ ਹੋ ਕਿ ਨਹੀਂ? ਇਹ ਲਿਆਓ ਫਿਰ, ਹੁਣ ਟਾਈਮ ਕਾਫੀ ਹੋ ਗਿਆ, ਸਤਸੰਗ ਨੂੰ ਸਮਾਪਤੀ ਵੱਲ ਲੈ ਜਾਈਏ। ਕਿਸੇ ਵੀ
ਆਪਣੇ ਆਪ ਨੂੰ ਐਸਾ ਬਣਾਉਣਾ ਹੈ ਉਸ ਮਾਲਕ ਦੇ ਨਾਲ ਜੁੜ ਕੇ, ਉਸ ਮਾਲਕ ਦੇ ਦੱਸੇ ਰਸਤੇ ਚੱਲ ਕੇ, ਤਾਂ ਕਿ ਅਸੀਂ ਜ਼ਿੰਦਗੀ 'ਚ ਮੌਜਾਂ ਵੀ ਲੁੱਟੀਏ ਤਾਂ ਉਹਦੀ ਰਹਿਮਤ ਦਾ ਪੂਰਾ ਆਨੰਦ ਵੀ ਲਈਏ। ਇਸ ਲਈ ਜਾਂਦੇ ਜਾਂਦੇ ਨਾ ਇੱਕ ਸ਼ਬਦ ਕਹਿਣਾ ਹੈ ਜਿਹਨੂੰ ਆਪਣੇ ਦਿਲ 'ਤੇ ਲਿਖ ਲੈਣਾ ਤੁਸੀਂ, ਕਿ ਉਹ ਰੱਬ ਦੀ ਰਹਿਮਤ ਕਰਦੀ ਕੀ ਹੈ, ਉਹ ਮਾਲਕ ਦੀ ਰਹਿਮਤ ਕਰਦੀ ਕੀ ਹੈ। ਤਾਂ ਜ਼ਰਾ ਸਮਝਣਾ ਕਿ ਤੂੰ ਜੜ ਵਿੱਚ ਪਾਵੇਂ ਫਿੱਕਾ ਪਾਣੀ, ਤੂੰ ਜੜ ਵਿੱਚ ਪਾਵੇਂ, ਘਰ ਦੇ ਵਿੱਚ ਤੁਸੀਂ ਪੌਦੇ ਲਾਏ ਹੋਏ ਹੈ, ਚਾਹੇ ਫਲਾਂ ਦੇ ਪੌਦੇ ਹੈ ਤੁਸੀਂ ਦੇਖਦੇ ਨਾ, ਚਾਹੇ ਗੰਨਾ ਹੈ, ਬੰਦਾ ਲਾ ਦਿੰਦਾ ਤਾਂ ਉਹਨੂੰ ਪਾਣੀ ਵੀ ਲਾਉਂਦਾ ਬੰਦਾ, ਮੈਂ ਭਾਈ ਆਪਣੀ ਕਮਾਦ ਨੂੰ ਪਾਣੀ ਲਾਉਣਾ, ਆਪਣੀ ਫਸਲ ਨੂੰ ਪਾਣੀ ਲਾਉਂਦੇ ਕੋਈ ਨਹੀਂ। ਅੱਛਾ ਜਿਹੜਾ ਪਾਣੀ ਲਾਉਂਦੇ ਉਹ ਮਿੱਠਾ ਹੁੰਦਾ ਫਿੱਕਾ ਹੁੰਦਾ, ਕਿੱਦਾਂ ਦਾ ਹੁੰਦਾ? ਉਹ 'ਚ ਕੋਈ ਮਿਠਾਸ ਹੁੰਦੀ ਹੈ ਕਿ ਸ਼ੱਕਰ ਘੋਲੀ ਹੋਈ ਹੈ, ਖੰਡ ਘੋਲੀ ਹੋਈ ਹੈ, ਕੋਈ ਸਵਾਦ ਹੈ? ਯਾਨੀ ਪਾਣੀ ਦਾ ਠੀਕ ਹੈ ਸਵਾਦ ਹੈ ਆਪਣਾ, ਪਰ ਕੋਈ ਮਿਠਾਸ? ਪਰ ਫਿਰ ਹੁਣ ਗੌਰ ਕਰਨਾ, ਤੂੰ ਜੜ ਵਿੱਚ ਪਾਵੇਂ ਫਿੱਕਾ ਪਾਣੀ, ਉਹ ਰੱਬ ਮਿੱਠੇ ਫਲ ਲਾਉਂਦਾ। ਤੂੰ ਇੱਕ ਪੇੜ ਦੀ ਜੜ ਵਿੱਚ ਪਾਣੀ ਪਾਉਂਦਾ ਆ ਫਿੱਕਾ, ਪਰ ਉਹੀ ਪੇੜ ਨੂੰ ਜਦੋਂ ਫਲ ਲੱਗਦੇ ਹੈ ਤਾਂ ਫਲ ਫਿੱਕਾ ਨਹੀਂ ਹੁੰਦਾ, ਉਹ ਫਲ ਕਿਹੜੇ ਫਲ, ਰੱਬ ਕਿਹੜੇ ਫਲ ਲਾਉਂਦਾ ਆ? ਮਿੱਠੇ। ਔਰ ਹਰ ਫਲ ਦਾ ਸਵਾਦ ਵੀ, ਸੰਤਰੇ ਦਾ ਸਵਾਦ ਅਲੱਗ ਹੈ, ਸੇਬ ਦਾ ਸਵਾਦ, ਅੰਗੂਰ ਦਾ ਸਵਾਦ, ਹੁਣ ਕਿੰਨੇ ਕੁ ਫਲ ਗਿਣੀਏ ਦੇਖੋ, ਸਾਰਿਆਂ ਡਿਫਰੈਂਟ ਟੇਸਟ ਹੈ ਕਿ ਨਹੀਂ? ਕੋਈ ਵੀ ਟੇਸਟ, ਜਿੱਦਾਂ ਬੰਦਾ ਕਹੇ ਔਰੇਂਜ ਦਾ ਟੇਸਟ ਸੇਬ ਨਾਲ ਨਹੀਂ ਮਿਲਦਾ ਤਾਂ ਸੇਬ ਦਾ ਕਿਸੇ ਹੋਰ ਫਲ ਨਾਲ ਨਹੀਂ ਮਿਲਦਾ, ਹਰੇਕ ਚੀਜ਼ ਦਾ ਟੇਸਟ, ਹਾਲਾਂਕਿ ਪਾਣੀ ਸਾਰਿਆਂ ਨੂੰ ਇੱਕੋ ਹੀ ਜਾਂਦਾ ਕਿ ਨਹੀਂ? ਹੁਣ ਫਿਰ ਕਮਾਲ ਦੀ ਗੱਲ ਹੈ, ਉਹ ਕਿਹੜਾ ਇੱਦਾਂ ਦਾ ਫਿਲਟਰ ਲੱਗਾ ਹੋਇਆ ਹੈ ਕਿ ਪਾਣੀ ਤਾਂ ਇੱਕੋ ਹੀ ਜਾ ਰਿਹਾ ਹੈ, ਫਿੱਕਾ ਜਾ ਰਿਹਾ ਹੈ, ਪਰ ਉਹ ਸਾਰਿਆਂ 'ਚ ਅਲੱਗ ਅਲੱਗ ਟੇਸਟ, ਅਲੱਗ ਅਲੱਗ ਮਿਠਾਸ ਬਣ ਜਾਂਦਾ ਹੈ। ਇਹ ਕੌਣ ਕਰ ਰਿਹਾ ਹੈ? ਇਹਦੇ ਬਾਰੇ ਦੱਸਿਆ ਹੈ, ਤੂੰ ਜੜ ਵਿੱਚ ਪਾਵੇਂ ਫਿੱਕਾ ਪਾਣੀ ਤੇ ਰੱਬ ਮਿੱਠੇ ਫਲ ਲਾਂਦਾ, ਉਹ ਇਹ ਹੈ ਉਸਦੀ ਰਹਿਮਤ ਬੰਦਿਆ ਜੋ ਪਾਣੀ ਨੂੰ ਰਸ ਬਣਾਉਂਦਾ। ਕਹਿੰਦੇ ਉਹਦੀ ਰਹਿਮਤ ਹੈ ਇਹ ਜਿਹੜਾ ਪਾਣੀ ਨੂੰ ਰਸ ਬਣਾ ਦਿੰਦਾ। ਕਹਿੰਦੇ ਫਲਾਂ ਦਾ ਰਸ, ਗੰਨੇ ਦਾ ਰਸ ਕਿੰਨਾ ਮਿੱਠਾ ਹੁੰਦਾ ਹੈ। ਕਹਿੰਦੇ ਕੌਣ ਕਰਦਾ? ਉਹਦੀ ਰਹਿਮਤ ਕਰਦੀ ਹੈ, ਨਹੀਂ ਤਾਂ ਕੋਈ ਸਾਇੰਟਿਸਟ ਕਹਿ ਦਿਓ ਪਾਣੀ ਦਾ ਗਲਾਸ ਦੇ ਦਿਓ, ਲੈ ਵੀ ਪਾਣੀ ਦੇ ਗਲਾਸ ਤੋਂ ਰਸ ਬਣਾ ਦਿਓ, ਇਹ ਪਾਣੀ ਦੇ ਗਲਾਸ ਤੋਂ ਸੰਤਰੇ ਦਾ ਜੂਸ ਬਣਾ ਦਿਓ, ਸੇਬ ਦਾ ਜੂਸ ਬਣਾ ਦਿਓ, ਕੋਈ ਨਹੀਂ ਬਣਾ ਸਕਦਾ ਜੋ ਉਹਦੀ ਰਹਿਮਤ। ਤਾਂ ਹੀ ਤਾਂ ਇੱਕ ਗੱਲ ਕਹੀ ਦੀ ਹੈ ਕਿ ਉਸ ਮਾਲਿਕ ਤੇ ਰੱਖ ਭਰੋਸਾ, ਉਹ ਫਿਰ ਦੇਖੀ ਉਸਦੇ ਖੇਲ, ਉਸਦੀ ਰਹਿਮਤ ਅੱਗੇ ਬੰਦਿਆ ਸਭ ਵਿਗਿਆਨ ਹੈ। ਇਹ ਵਿਗਿਆਨ ਵੀ ਉਹਦੇ ਅੱਗੇ ਫੇਲ ਹੋ ਜਾਂਦੇ ਜਦੋਂ ਉਹਦੀ ਰਹਿਮਤ ਆਪਣਾ ਕੰਮ ਕਰਦੀ ਹੈ, ਬਸ ਉੱਤੇ ਵਿਸ਼ਵਾਸ ਰੱਖ ਫਿਰ ਉਹਦੇ ਖੇਲ ਦੇਖੀ। ਸੋ ਦੱਸਣਾ ਕੀ ਚਾਹੁੰਦੇ ਆ ਕਿ ਜੇ ਇੱਕ ਰੱਬ ਸੱਚੇ ਦੀ ਰਹਿਮਤ ਪਾਣੀ ਨੂੰ, ਫਿੱਕੇ ਨੂੰ ਮਿੱਠੇ ਫਲ ਵਿੱਚ ਬਦਲ ਸਕਦੀ ਹੈ, ਪਾਣੀ ਨੂੰ ਰਸ ਵਿੱਚ ਕਨਵਰਟ ਕਰ ਸਕਦੀ ਹੈ, ਤਾਂ ਜ਼ਰਾ ਸੋਚ, ਜੇ ਅੱਜ ਤੇਰੀ ਜ਼ਿੰਦਗੀ ਫਿੱਕੀ ਹੈ, ਜੇ ਅੱਜ ਤੇਰੀ ਜ਼ਿੰਦਗੀ 'ਚ ਕੋਈ ਰਸ ਨਹੀਂ ਹੈ, ਤਾਂ ਜੇ ਉਸ ਮਾਲਕ ਨਾਲ ਜੁੜ ਜਾਵੇਂ ਤਾਂ ਉਹਦੀ ਰਹਿਮਤ ਤੇਰੇ ਜੀਵਨ 'ਚ ਕਿਹੜਾ ਰਸ ਭਰ ਦੇਵੇਗੀ, ਤੇਰੇ ਜੀਵਨ 'ਚ ਕਿਹੜੀ ਮਿਠਾਸ ਆ ਜਾਏਗੀ? ਤੂੰ ਸੋਚ ਵੀ ਨਹੀਂ ਸਕਦਾ ਕਿ ਜਿੱਥੇ ਤੱਕ ਉਹਦੀ ਰਹਿਮਤ ਤੈਨੂੰ ਲੈ ਜਾਏਗੀ। ਇਸ ਲਈ ਜੇ ਚਾਹੁੰਦੇ ਹਾਂ ਸਾਡੀ ਫਿੱਕੀ ਜ਼ਿੰਦਗੀ ਵੀ ਮਿੱਠੀ ਹੋ ਜਾਵੇ, ਸਾਡੀ ਫਿੱਕੀ ਜ਼ਿੰਦਗੀ 'ਚ ਰਸ ਆ ਜਾਵੇ, ਤਾਂ ਫਿਰ ਇਹ ਕਿੱਦਾਂ ਆਉਣਾ ਹੈ? ਇਹ ਹੈ ਉਸਦੀ ਰਹਿਮਤ ਬੰਦਿਆ ਜੋ ਪਾਣੀ ਨੂੰ ਰਸ ਬਣਾਉਂਦਾ, ਕਿਉਂਕਿ ਤੂੰ ਜੜ ਵਿੱਚ ਪਾਵੇਂ ਫਿੱਕਾ ਪਾਣੀ, ਰੱਬ ਮਿੱਠੇ ਫਲ ਲਾਉਂਦਾ, ਉਹ ਇਹ ਹੈ ਉਸਦੀ ਰਹਿਮਤ ਬੰਦਿਆ ਜੋ ਪਾਣੀ ਨੂੰ ਰਸ, ਇਹ ਉਹਦੀ ਰਹਿਮਤ ਹੀ ਹੈ ਕਿ ਜਿਹੜਾ ਸਧਾਰਨ ਜੀ ਮਿੱਟੀ 'ਚੋਂ, ਜਰਾ ਹੁਣ ਗੌਰ ਕਰਨਾ, ਮਿੰਨਾ ਮਿੱਟੀ ਦਾ ਕੋਈ ਸਵਾਦ ਹੈ ਨਾ ਪਾਣੀ ਦਾ ਕੋਈ ਸਵਾਦ ਹੈ, ਤਾਂ ਜੋ ਫਲ ਦੇਖੋ ਕਿੱਦਾਂ ਦੇ ਮਿੱਠੇ ਮਿੱਠੇ ਨਿਕਲ ਜਾਂਦੇ। ਜਿੱਦਾਂ ਅਸੀਂ ਇੱਕ ਫਕੀਰ ਦੀ ਕਹਾਣੀ ਦੱਸੀ ਦੀ, ਉਹ ਦੱਸ ਦਈਏ ਫਟਾਫਟ। ਇੱਕ ਫਕੀਰ ਨਾ ਕਹਿੰਦੇ ਹੈ
ਕਿ ਜਾ ਰਹੇ ਸੀ, ਇੱਕ ਹਲਵਾਈ ਨੇ ਆਵਾਜ਼ ਮਾਰੀ, ਠੰਡ ਦਾ ਦਿਨ ਸੀ, ਮਹਾਰਾਜ ਆ ਜਾਓ ਗਰਮ ਗਰਮ ਦੁੱਧ ਪੀ ਲਓ ਨਾਲੇ ਬਰਫੀ ਖਾ ਲਓ। ਫਕੀਰ ਬੈਠੇ, ਦੁੱਧ ਦਿੱਤਾ ਗਲਾਸ 'ਚ ਪਾ ਕੇ ਨਾਲ ਬਰਫੀ ਦੀ ਪੇਸੀ, ਜਿੱਦੇ ਫਕੀਰਾਂ ਨੇ ਬਰਫੀ ਮੂੰਹ 'ਚ ਲਈ, ਫਕੀਰ ਕਹਿੰਦੇ ਵਾਹ ਬੜੀ ਮਿੱਠੀ ਹੈ। ਉਰੇ ਪੁੱਛਿਆ ਹਲਵਾਈ ਨੂੰ, ਕਹਿੰਦੇ ਇਹ ਮਿਠਾਸ ਕਿੱਥੋਂ ਆਈ ਬਰਫੀ 'ਚ, ਇਹ ਕਹਿ ਦਿਓ ਮਿਠਾਸ ਕਿੱਥੋਂ ਆਈ? ਕਹਿੰਦਾ ਜੀ ਸ਼ੱਕਰ 'ਚੋਂ, ਕਿਉਂਕਿ ਮੈਂ ਸ਼ੱਕਰ ਪਾਈ ਹੋਈ ਹੈ। ਉਹ ਕਹਿੰਦੇ ਸ਼ੱਕਰ 'ਚ ਮਿਠਾਸ ਕਿੱਥੋਂ ਆਈ, ਇਹ ਸ਼ੱਕਰ ਕਿੱਥੋਂ ਆਈ? ਤਾਂ ਕਹਿੰਦੇ ਸ਼ੱਕਰ ਮੈਂ ਲਿਆਂਦੀ ਫਲਾਨੀ ਪੰਸਾਰੀ ਦੁਕਾਨ, ਕਰਿਆਨਾ ਸਟੋਰ ਤੋਂ, ਕਰਿਆਨੇ ਸਟੋਰ ਤੋਂ ਲਿਆਂਦੀ ਹੈ, ਫਲਾਨੀ ਕਰਿਆਨੇ ਦੀ ਦੁਕਾਨ ਤੋਂ ਸ਼ੱਕਰ ਲੈ ਕੇ ਆਇਆ ਮੈਂ। ਉਹ ਕਹਿੰਦੇ ਫਿਰ ਇਹ ਕਰਿਆਨੇ ਦੀ ਦੁਕਾਨ ਤੋਂ ਸ਼ੱਕਰ ਕਿੱਥੋਂ ਆਈ? ਕਹਿੰਦਾ ਜੀ ਫੈਕਟਰੀ 'ਚੋਂ ਆਈ, ਜਿੱਥੇ ਬਣਦੀ ਹੈ ਸ਼ੱਕਰ ਉਹ ਫੈਕਟਰੀ 'ਚੋਂ ਆਈ। ਉਹ ਕਹਿੰਦੇ ਫੈਕਟਰੀ 'ਚ ਕਿੱਥੋਂ ਆਈ? ਕਹਿੰਦਾ ਜੀ ਗੰਨੇ 'ਚੋਂ ਆਈ। ਉਹ ਕਹਿੰਦੇ ਗੰਨੇ 'ਚੋਂ ਕਿੱਥੋਂ ਆਈ? ਕਹਿੰਦੇ ਜੀ ਰੱਬ ਨੇ ਪਾਈ। ਕਹਿੰਦਾ ਦੇਖਿਆ ਫਿਰ ਮੇਰਾ ਯਾਰ ਕਿੰਨਾ ਮਿੱਠਾ ਹੈ, ਗੱਲ ਤਾਂ ਰੱਬ ਤੱਕ ਲਿਜਾਣੀ ਸੀ ਗੱਲ। ਹੁਣ ਬੰਦਾ ਬਰਫੀ ਖਾਂਦਾ, ਬਰਫੀ ਦੀ ਤਾਰੀਫ ਕਰਦਾ ਹੈ, ਪਰ ਕਦੀ ਸੋਚਿਆ ਨਹੀਂ ਬਰਫੀ 'ਚ ਮਿਠਾਸ ਆਉਂਦੀ ਕਿੱਥੋਂ, ਉਹਦੀ ਤਾਰੀਫ ਪਹਿਲਾਂ ਕਰੀਏ। ਪਰ ਬੰਦਾ ਨਹੀਂ ਜੀ, ਚਾਹ ਬੜੀ ਸਵਾਦ ਬਣਾਈ, ਆਹ ਰੋਟੀ ਬੜੀ ਸਵਾਦ ਬਣਾਈ, ਬੰਦਾ ਬੰਦੇ ਦੀ ਤਾਰੀਫ ਕਰਦਾ ਹੈ। ਕਦੀ ਸੋਚੋ ਇਹ ਰੋਟੀ 'ਚ ਆਪਾਂ ਜੋ ਤਾਕਤ ਆਉਂਦੀ ਹੈ, ਜੋ ਮਿਠਾਸ ਆਉਂਦੀ ਹੈ, ਜੋ ਸਵਾਦ ਆਉਂਦਾ ਚੀਜ਼ਾਂ 'ਚ, ਉਹ ਸਵਾਦ ਕੋਈ ਬੰਦਾ ਨਹੀਂ ਪਾਉਂਦਾ। ਇਹ ਚੀਜ਼ਾਂ ਧਰਤੀ 'ਚ, ਇਹਦੇ ਸਭ ਤੋਂ ਪਹਿਲਾਂ ਸ਼ੁਕਰ ਉਹਦਾ, ਇਹ ਸ਼ੁਕਰ ਹੈ ਜਿਹਨੇ ਇਹ ਅੰਨ ਬਣਾਇਆ, ਇਹ ਜਲ ਬਣਾਇਆ, ਇਹ ਹਰ ਪਦਾਰਥ ਨੂੰ ਬਣਾਇਆ, ਔਰ ਮੈਨੂੰ ਇਹ ਜ਼ਿੰਦਗੀ ਦਿੱਤੀ, ਤਾਂ ਹੀ ਤਾਂ ਮੈਂ ਸਵਾਦ, ਜੇ ਜ਼ਿੰਦਗੀ ਨਾ ਹੁੰਦੀ ਤਾਂ ਸਵਾਦ ਲੈ ਲੈਣੇ ਸੀ ਅਸੀਂ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨਾ, ਉਹ ਹਰ ਗੱਲ ਨੂੰ ਉਹਦੇ ਨਾਲ ਜੋੜ ਦਿੰਦੇ ਆ। ਕਹਿੰਦੇ ਦੇਖਿਆ ਫਿਰ ਜਦੋਂ ਉਹਨਾਂ ਕਿਹਾ ਖੰਡ ਲਿਆਂਦੀ ਦੁਕਾਨ ਤੋਂ ਆਈ ਫੈਕਟਰੀ 'ਚੋਂ, ਫੈਕਟਰੀ 'ਚੋਂ ਆਈ ਗੰਨੇ 'ਚੋਂ, ਗੰਨੇ 'ਚੋਂ ਪਾਈ ਰੱਬ ਨੇ। ਉਹ ਕਹਿੰਦੇ ਦੇਖਿਆ ਫਿਰ ਮੇਰਾ ਯਾਰ ਕਿੰਨਾ ਮਿੱਠਾ, ਜਿਹੜਾ ਗੰਨੇ 'ਚ ਰਸ ਪਾ ਸਕਦਾ ਹੈ, ਜਰਾ ਸੋਚੇ ਉਹਨੂੰ ਚੱਖ ਲਈਏ, ਉਹਦੇ ਨਾਲ ਜੁੜ ਜਾਈਏ, ਤਾਂ ਫਿਰ ਕੀ ਰਸ ਹੈ, ਕੀ ਸਵਾਦ ਹੈ। ਤਾਂ ਹੀ ਕਹਿੰਦੇ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤਾਂ ਮਿੱਠੀਆਂ ਰੱਬ ਨਾ ਪੁੱਜਣ। ਕਹਿੰਦੇ ਸ਼ੱਕਰ ਖੰਡ ਨਵਾਤ ਗੁੜ, ਮਿਸ਼ਰੀ ਹੋਵੇ, ਸ਼ੱਕਰ ਹੋਵੇ, ਖੰਡ ਹੋਵੇ, ਸ਼ਹਿਦ ਹੋਵੇ, ਕੋਈ ਵੀ ਮਿੱਠੀ ਤੋਂ ਮਿੱਠੀ ਚੀਜ਼ ਲੈ ਲਓ, ਕਹਿੰਦੇ ਸਾਰੀਆਂ ਚੀਜ਼ਾਂ ਉਹਦੇ ਸਾਹਮਣੇ ਫਿੱਕੀਆਂ ਹੈ, ਕਿਉਂਕਿ ਹਰ ਚੀਜ਼ ਅੰਦਰ ਮਿਠਾਸ ਦੇਣ ਵਾਲਾ। ਜੇ ਲਿਆਓ, ਹੁਣ ਟਾਈਮ ਕਾਫੀ ਹੋ ਗਿਆ, ਹੁਣ ਆਖਰਲੇ ਵਚਨਾਂ 'ਚ ਇਹੀ ਕਹਿਣਾ ਹੈ ਕਿ ਤੁਸੀਂ ਵੀ ਆਪਣੀ ਬੇਰਸੀ ਜ਼ਿੰਦਗੀ 'ਚ ਰਸ ਭਰਨਾ ਚਾਹੁੰਦੇ ਹੋ ਖੁਸ਼ੀਆਂ ਦਾ, ਜੇ ਜੀਵਨ ਦਾ ਪੂਰਾ ਸਵਾਦ ਲੈਣਾ ਚਾਹੁੰਦੇ ਹੋ ਤਾਂ ਫਿਰ ਜੁੜ ਜਾਓ ਉਸ ਮਾਲਿਕ ਦੇ ਨਾਲ, ਕਿਉਂਕਿ ਐ ਮੁਈਨ ਜੇ ਰੱਬ ਨੂੰ ਪਾਣਾ, ਫਕਰਾਂ ਦੀ ਮਹਿਫਿਲ ਜਾ, ਰੱਬ ਤੇ ਇਸ਼ਕ ਤੇ ਨਾਮ ਦਾ ਪਿਆਲਾ ਜੋ ਤੈਨੂੰ ਦੇਣ। ਹੁਣ ਜੇ ਰੱਬ ਦੇ ਇਸ਼ਕ ਦਾ ਤੇ ਨਾਮ ਦਾ ਪਿਆਲਾ ਪੀਣਾ ਤਾਂ ਉਹ ਫਕਰਾਂ ਦੀ ਮਹਿਫਿਲ ਵਿੱਚ ਜਾ ਕੇ ਹੀ ਪੀ ਸਕਦੇ ਹਾਂ। ਫਕੀਰਾਂ ਨਾਲ ਜੁੜ ਕੇ ਹੀ ਸਾਡੀ ਜ਼ਿੰਦਗੀ ਸਫਲ ਹੋ, ਫਕੀਰਾਂ ਨਾਲ ਜੁੜ ਕੇ ਅਸੀਂ ਜੀਵਨ ਦੀਆਂ ਮੌਜਾਂ ਲੈ, ਕਿਉਂਕਿ ਫਿਰ ਉਹ ਬੁੱਲੇ ਸ਼ਾਹ ਦੀ ਗੱਲ ਯਾਦ ਕਰਾ ਦਈਏ, ਫਿਰ ਸਤਸੰਗ ਨੂੰ ਸਮਾਪਤ ਕਰੀਏ ਕਿ ਰੱਬ ਸੱਚੇ ਦੀ ਰਾਹ 'ਤੇ ਬੁੱਲਿਆ ਰੋਜ਼ ਕਦਮ ਜੋ ਪੁੱਟਦਾ, ਰੱਬ ਸੱਚੇ ਦੀ ਰਹਿਮਤ ਨਾ ਫੀ ਜਗ 'ਤੇ ਮੌਜਾਂ, ਫੇ ਜਗ 'ਤੇ ਮੌਜਾਂ, ਫੇ ਜਗ 'ਤੇ ਮੌਜਾਂ। ਹੁਣ ਮੌਜਾਂ ਲੁੱਟਣੀਆਂ ਕਿ ਨਹੀਂ? वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटिया शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।